ਸਵਾਲ ਨੰਬਰ 3 ਹੇਠ ਲਿਖਿਆ ਵਿੱਚੋਂ ਨਿਊਨ ਕੋਣ, ਅਧਿਕ ਕੋਣ ਅਤੇ ਸਮ ਕੋਣ ਦੱਸੋ ਹਾਂਜੀ ਦੇਖੋ ਊੜੇ ਦੇ ਵਿੱਚ ਇਹਨਾਂ ਨੇ ਦੇ ਰੱਖਿਆ ਸਾਨੂੰ 35 ਡਿਗਰੀ ਹੁਣ ਜਿਹੜਾ ਇਹ 35 ਡਿਗਰੀ ਹੈ ਮੈਂ ਕੱਲ ਵੀ ਦੱਸਿਆ ਸੀ ਵੀ 35 ਦੇ ਨਾਲ ਜਿਹੜਾ ਇਹ ਨਿੱਕਾ ਜਿਹਾ 0 ਪਾਇਆ ਹੋਇਆ ਹੈ 35 ਦੇ ਥੋੜਾ ਜਿਹਾ ਉੱਪਰ ਨੂੰ ਇਹਨੂੰ ਅਸੀਂ ਸਮਾਲ ਜੋ ਹੈ ਉਹ ਵੀ ਕਹਿ ਸਕਦੇ ਹਾਂ ਨਿੱਕੇ ਵਾਲਾ ਜਿਹੜਾ ਇੰਗਲਿਸ਼ ਦਾ ਅਲਫਾਬੈਟ ਹੁੰਦਾ ਹੈ ਉਹ ਠੀਕ ਹੈ ਤੇ ਇਹ ਜੋ ਹੈ ਕੋਣ ਦੀ ਮਾਪਕ ਇਕਾਈ ਹੁੰਦੀ ਹੈ ਇਸ ਨੂੰ ਡਿਗਰੀ ਕਹਿੰਦੇ ਆ ਅਸੀਂ ਇਹ 35 ਡਿਗਰੀ ਇਸ ਨੂੰ ਪੜੋਗੇ ਤੁਸੀਂ ਹਾਂਜੀ ਤਾਂ ਹੁਣ ਅਸੀਂ ਇਹ ਦੱਸਣਾ ਹੈ ਵੀ 35 ਡਿਗਰੀ ਵਾਲਾ ਜਿਹੜਾ ਕੋਣ ਹੈ ਇਹ ਨਿਊਨ ਕੋਣ ਹੈ ਜਾਂ ਅਧਿਕ ਕੋਣ ਹੈ ਜਾਂ ਸਮ ਕੋਣ ਹੈ ਸਮ ਕੋਣ ਤਾਂ ਦੇਖੋ ਉਹ ਤਾਂ ਸਾਫ਼ ਕਲੀਅਰ ਹੈ ਵੀ ਜਿਹੜਾ ਕੋਣ 90 ਡਿਗਰੀ ਦਾ ਹੋਏਗਾ ਉਹ ਸਮ ਕੋਣ ਹੈ ਤੇ ਨਿਊਨ ਕੋਣ ਦੀ ਜੋ ਇਹਨਾਂ ਨੇ ਪਰਿਭਾਸ਼ਾ ਦੇ ਰੱਖੀ ਹੈ ਉਹ ਏ ਐਬੀ 0 ਡਿਗਰੀ ਤੋਂ ਲੈ ਕੇ 90 ਡਿਗਰੀ ਤੱਕ ਦੇ ਜਿਹੜੇ ਕੋਣ ਹੋਣਗੇ ਉਹ ਨਿਊਨ ਕੋਣ ਦੇ ਕੈਟਾਗਰੀ ਦੇ ਵਿੱਚ ਜੋ ਹੈ ਉਹ ਆਂਦੇ ਨੇ ਹੁਣ ਜਿਹੜਾ ਇਹ 35 ਡਿਗਰੀ ਹੈ ਇਹ ਵੀ ਜੋ ਹੈ 0 ਡਿਗਰੀ ਤੇ ਦੇਖੋ ਹਾਂਜੀ 0 ਡਿਗਰੀ ਤੋਂ ਲੈ ਕੇ 90 ਡਿਗਰੀ ਤੱਕ ਦੇ ਜਿੰਨੇ ਵੀ ਕੋਣ ਹੋਣਗੇ ਇਹ ਸਾਰੇ ਨਿਊਨ ਕੋਣ ਨੇ ਤਾਂ 35 ਡਿਗਰੀ ਇਹਨਾਂ ਦੇ ਵਿੱਚੋਂ ਜਾਂਦਾ ਤਾਂ ਇਸ ਕਰਕੇ ਇਹ ਜੋ ਹੈ ਨਿਊਨ ਕੋਣ ਹੈ ਅੜਾ ਹੈ ਜੀ 99 ਡਿਗਰੀ ਦੇਖੋ ਇਹ ਜਿਹੜਾ 99 ਡਿਗਰੀ ਹੈ ਹੁਣ ਭਾਵੇਂ ਇਹ ਜੋ ਹੈ 90 ਦੇ ਬਿਲਕੁਲ ਜੋ ਹੈ ਨੇੜੇ ਹੈ ਪਰ ਸਾਡਾ ਜੋ ਕ੍ਰਾਈਟੇਰੀਆ ਹੈ ਨਾ ਨਿਊਨ ਕੋਣ ਨੂੰ ਵੇਖਣ ਦਾ ਉਹ A ਵੀ 0 ਡਿਗਰੀ ਤੋਂ ਲੈ ਕੇ 90 ਡਿਗਰੀ ਦੇ ਵਿਚਕਾਰ ਜਿੰਨੇ ਵੀ ਕੋਣ ਨੇ ਉਹ ਸਾਰੇ ਨਿਊਨ ਕੋਣ ਆਣਗੇ ਠੀਕ ਹੈ ਤੇ ਹੁਣ 99 ਡਿਗਰੀ 90 ਡਿਗਰੀ ਤੋਂ ਇੱਕ ਜੋ ਹੈ ਉਹ ਘਟਾਏ ਇਹਦਾ ਮਤਲਬ A ਵੀ ਜੋ ਹੈ ਨਿਊਨ ਕੋਣ ਵਾਲੀ ਜੋ ਹੈ ਕੈਟਾਗਰੀ ਦੇ ਵਿੱਚ ਹੈ ਹਾਂਜੀ AD ਦੇ ਵਿੱਚ ਜੋ ਕੋਣ ਸਰ ਨੂੰ ਦੇ ਰਿਖਿਆ ਹੈ ਉਹ ਹੈ 120 ਡਿਗਰੀ 120 ਡਿਗਰੀ ਜੋ ਹੈ ਇਹ 90 ਡਿਗਰੀ ਤੋਂ ਜੋ ਹੈ ਇਹ ਅੱਗੇ ਵਧਾ ਨੂੰ ਜੋ ਹੈ ਕੋਣ ਆਂਦਾ ਹੈ ਤੇ 90 ਡਿਗਰੀ ਤੋਂ ਲੈ ਕੇ 180 ਡਿਗਰੀ ਦੇ ਵਿਚਕਾਰ ਇਹ ਵਾਲਾ ਜੋ ਹੈ ਕੋਣ ਆਂਦਾ ਹੈ ਤਾਂ ਇਹਦੇ ਕਰਕੇ ਇਸ ਨੂੰ ਅਸੀਂ ਅਧਿਕ ਕੋਣ ਕਹਾਂਗੇ ਠੀਕ ਹੈ 90 ਡਿਗਰੀ ਤੋਂ 180 ਡਿਗਰੀ ਦੇ ਵਿਚਕਾਰ ਜਿਹੜਾ ਕੋਣ ਆਂਦਾ ਹੈ ਉਸ ਨੂੰ ਅਸੀਂ ਅਧਿਕ ਕੋਣ ਕਹਿੰਦੇ ਹਾਂ ਹਾਂਜੀ ਸਸੇ ਵਾਲੇ ਦੇ ਵਿੱਚ ਵੀ ਦੇਖੋ ਇਹ 100 ਡਿਗਰੀ ਹੈ ਠੀਕ ਹੈ ਤੇ ਇਹ ਵੀ ਜੋ ਹੈ 90 ਤੋਂ ਉੱਪਰ ਆ ਰਿਹਾ ਹੈ ਤੇ 180 ਡਿਗਰੀ ਤੋਂ ਛੋਟਾ ਹੈ ਤਾਂ ਇਸ ਕਰਕੇ ਇਹ ਵੀ ਜੋ ਹੈ ਅਧਿਕ ਕੋਣ ਹੈ ਹਾਂਜੀ ਹਾ ਹਾ 96 ਡਿਗਰੀ ਹੁਣ ਇਹ ਵੀ ਜੋ ਹੈ 90 ਡਿਗਰੀ ਤੋਂ ਉੱਪਰ ਹੈ ਤੇ 90 ਡਿਗਰੀ ਤੋਂ ਵੱਡਾ ਹੈ ਤੇ 180 ਡਿਗਰੀ ਤੋਂ ਛੋਟਾ ਹੈ ਤਾਂ ਇਹ ਵੀ ਜੋ ਹੈ ਅਧਿਕ ਕੋਣ ਹੈ ਕਕਾ ਹੈ ਜੀ 74 ਡਿਗਰੀ ਹੁਣ ਇਹ 0 ਡਿਗਰੀ ਤੇ 90 ਡਿਗਰੀ ਦੇ ਵਿਚਕਾਰ ਆ ਰਿਹਾ ਹੈ ਠੀਕ ਹੈ 90 ਡਿਗਰੀ ਤੋਂ ਛੋਟਾ ਹੈ ਤਾਂ ਇਹ न्यून कोण ਹੈ ਖਖਾ ਹੈ 62 ਡਿਗਰੀ ਇਹ ਵੀ ਜੋ ਹੈ 90 ਡਿਗਰੀ ਤੋਂ ਛੋਟਾ ਹੈ ਠੀਕ ਹੈ ਤਾਂ ਇਹ ਵੀ ਜੋ ਹੈ न्यून कोण ਹੈ ਹਾਂਜੀ ਗੱਗਾ ਹੈ ਜੀ 168 ਡਿਗਰੀ ਇਹ ਜੋ ਹੈ 90 ਡਿਗਰੀ ਤੋਂ ਵੱਡਾ ਹੈ ਤੇ 180 ਡਿਗਰੀ ਤੋਂ ਛੋਟਾ ਹੈ ਤੇ ਇਹਦੇ ਕਰਕੇ ਇਹ ਜੋ ਹੈ ਅਧਿਕੋਣ ਹੈ ਸਵਾਲ ਨੰਬਰ ਚੌਥਾ ਹੈ ਜੀ ਖਾਲੀ ਥਾਵਾਂ ਭਰੋ ਇਹਦੇ ਵਿੱਚ ਜਿਹੜਾ ਪਹਿਲਾ ਹੈ ਵੀ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਬਣੇ ਕੋਣ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਇਹ ਸਾਨੂੰ ਪਤਾ ਹੀ ਹੈ ਵੀ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਬਣੇ ਕੋਣ ਨੂੰ ਨਿਊਨ ਕੋਣ ਕਿਹਾ ਜਾਂਦਾ ਹੈ ਹਾਂਜੀ ਸੈਕਿੰਡ ਹੈ 175 ਡਿਗਰੀ ਦਾ ਕੋਣ ਡੈਸ਼ ਕੋਣ ਹੈ डिग्री, 90 डिग्री 180° 90° ਤੋਂ ਵੱਡਾ ਹੈ ਤੇ 180° ਤੋਂ ਛੋਟਾ ਹੈ ਠੀਕ ਹੈ ਤਾਂ ਇਹ ਅਧਿਕ ਕੋਣ ਹੈ ਅਗਲੇ ਵਾਲਾ ਹੈ ਜੀ 3 ਵਜੇ ਘੜੀ ਦੀਆਂ ਸੂਈਆਂ ਡੈਸ਼ ਡਿਗਰੀ ਦਾ ਕੋਣ ਬਣਾਉਣਗੀਆਂ ਇਹਦਾ ਨਾ ਪਿੱਛੇ ਜੋ ਮਤਲਬ ਤੁਹਾਡੇ ਆਨਸਰਸ ਦੇ ਰੱਖੇ ہیں ਜਵਾਬ ਦੇ ਰੱਖੇ ਹਨ ਉਹਦੇ ਵਿੱਚ ਉਹਨਾਂ ਨੇ ਸਮਕੋਣ ਲਿਖਿਆ ਹੋਇਆ ਹੈ ਮੈਂ ਇਹਦਾ ਆਨਸਰ ਸਮਕੋਣ ਨਹੀਂ ਲਿਖਿਆ ਤੇ ਉਹਦਾ ਕਾਰਨ ਕੀ ਹੈ ਇਨਾਂ ਨੇ ਸਾਨੂੰ ਇੱਥੇ ਡਿਗਰੀ ਦੇ ਵਿੱਚ ਪੁੱਛਿਆ ਹੋਇਆ ਦੇਖੋ ਜਰਾ ਇਸ ਸ਼ਬਦ ਨੂੰ ਜਰਾ ਧਿਆਨ ਦੇ ਨਾਲ ਪੜੋ ਇਨਾਂ ਨੇ ਕਿਹਾ ਵੀ 3 ਵਜੇ ਘੜੀ ਦੀਆਂ ਸੂਈਆਂ ਡੈਸ਼ ਡਿਗਰੀ ਦਾ ਕੋਣ ਬਣਾਉਣਗੀਆਂ ਸਾਨੂੰ ਉਸ ਕੋਣ ਦੀ ਡਿਗਰੀ ਦੇ ਵਿੱਚ ਕੀ ਸੰਖਿਆ ਹੈ ਕਿ ਅੰਕ ਉਹ ਆਏਗਾ ਉਹ ਦੱਸਣਾ ਹੈ ਤਾਂ ਆਨਸਰ ਤਾਂ ਇੱਥੇ 90 ਡਿਗਰੀ ਹੈ ਬਾਕੀ ਇਸ ਨੂੰ ਮੈਂ ਸਮਝਾ ਦੇਣਾ ਵੀ 3 ਵਜੇ ਵਾਲੀ ਘੜੀ ਦੀਆਂ ਸੂਈਆਂ ਕਿਵੇਂ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ ਇਹ ਮੈਂ ਸਮਝਾ ਦੇਣਾ ਤੁਹਾਨੂੰ ਹਾਂਜੀ ਅ ਮੰਨ ਲਓ ਵੀ ਇਹ ਜੋ ਹੈ ਸਾਢੇ ਕੋਲੀ ਕੜੀ ਹੈ ਇਹਦੇ ਵਿੱਚ ਹੋਏਗਾ ਕਿ ਜਦੋਂ ਦੇਖੋ ਅਸੀਂ ਨਾ 3 ਵਜੇ ਦੀ ਗੱਲ ਕਰਨੀ ਹੈ ਤੇ ਇੱਥੇ ਅਸੀਂ ਦਾ ਇਹ ਸੈਂਟਰ ਬਿੰਦੂ ਜੋ ਹੈ ਮੰਨ ਲੈਨੇ ਆ ਇਸ ਤੋਂ ਬਾਅਦ 3 ਵਜੇ ਕੀ ਹੋਏਗਾ ਜਿਹੜੀ ਛੋਟੀ ਵਾਲੀ ਸੂਈ ਹੈ ਹਾਂਜੀ ਜਿਹੜੀ ਨਿੱਕੀ ਵਾਲੀ ਜਿਹੜੀ ਸੂਈ ਹੈ ਉਹ ਤਾਂ ਤਿੰਨ ਤੇ ਹੋਏਗੀ ਤੇ ਜਿਹੜੀ ਵੱਡੀ ਵਾਲੀ ਸੂਈ ਹੈ ਉਹ 12 ਤੇ ਹੋਏਗੀ ਹੁਣ ਜ਼ਰਾ ਧਿਆਨ ਦੇ ਨਾਲ ਦੇਖਣਾ ਇਹ ਤੁਹਾਨੂੰ ਐਲ ਵਰਗਾ ਨਜ਼ਰ ਆ ਰਿਹਾ ਹੈ ਤੇ ਜਿਹੜਾ ਸਮਕੋਣ ਹੁੰਦਾ ਹੈ 90 ਡਿਗਰੀ ਵਾਲਾ ਉਹਦੇ ਵਿੱਚ ਇਹੀ ਹੁੰਦਾ ਹੈ ਨਾ ਵੀ ਇੱਕ ਤਾਂ ਉਹਦੀ ਜੋ ਸ਼ੇਪ ਹੈ ਉਹ ਐਲ ਵਰਗੀ ਹੁੰਦੀ ਹੈ ਇਦਾਂ ਦੀ ਹੁੰਦੀ ਹੈ ਠੀਕ ਹੈ ਇਹ ਇਸ ਤਰ੍ਹਾਂ ਠੀਕ ਹੈ ਤੇ ਦੂਜਾ ਉਹਦੇ ਵਿੱਚਕਾਰ ਜਿਹੜਾ ਕੋਣ ਬੰਦਾ ਹੈ ਉਹ 90 ਡਿਗਰੀ ਦਾ ਬੰਦਾ ਹੈ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ 3 ਵਜੇ ਜੋ ਘੜੀ ਦੀ ਸੂਈਆਂ ਹੋਣਗੀਆਂ ਉਹ ਕਿੰਨੇ ਡਿਗਰੀ ਦਾ ਕੋਣ ਬਣਾ ਰਹੀਆਂ ਹੋਣਗੀਆਂ ਤਾਂ ਡਿਗਰੀ ਪੁੱਛੇ ਸੀ ਉਹਨਾਂ ਨੇ ਸਾਡੇ ਕੋਲ ਤਾਂ ਡਿਗਰੀ ਕੀ ਹੋਏਗਾ 90 ਡਿਗਰੀ ਦਾ ਕੋਣ ਜੋ ਹੈ ਉਹ ਬਣਾ ਰਹੀਆਂ ਹੋਣਗੀਆਂ ਠੀਕ ਹੈ ਤਿੰਨ ਵਾਲੀ ਜੋ ਸੂਈ ਹੈ ਤੇ 12 ਵਾਲੀ ਜੋ ਸੂਈ ਹੈ ਇਹ ਕੁਝ ਇਦਾਂ ਦੀ ਇਹਨਾਂ ਦੀ ਅਰੇਂਜਮੈਂਟ ਹੋਏਗੀ ਵੀ ਇਹ ਨਾ L ਸ਼ੇਪ ਬਣਾ ਰਹੀਆਂ ਹੋਣਗੀਆਂ ਤੇ L ਸ਼ੇਪ ਜੋ ਹੈ ਉਹ ਸਮਕੋਣ ਜਾਂ 90 ਡਿਗਰੀ ਦੇ ਕੋਣ ਨੂੰ ਜੋ ਹੈ ਦਰਸਾਉਂਦਾ ਹੈ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਇਹਦਾ ਨਾ ਜੋ ਜਵਾਬ ਜ ਆਨਸਰ ਵੀ ਦੇ ਰੱਖਿਆ ਹੈ ਕਿਤਾਬ ਦੇ ਵਿੱਚ ਉਹਨਾਂ ਨੇ 3 ਵਜੇ ਕੜੀ ਦੀ ਸੁੰਇਆਂ ਸਮਕੋਣ ਡਿਗਰੀ ਦਾ ਕੋਣ ਬਣਾਉਣ ਗਿਆ ਇਹ ਲਿਖਿਆ ਹੋਇਆ ਹੈ ਤੇ ਸਮਕੋਣ ਨਹੀਂ ਆਣਾ ਚਾਹੀਦਾ ਇੱਥੇ ਦੇਖੋ ਇਹਨਾਂ ਨੇ ਡਿਗਰੀ ਦੇ ਵਿੱਚ ਪੁੱਛ ਰੱਖਿਆ ਵੀ ਡਿਗਰੀ ਦੇ ਵਿੱਚ ਕਿੰਨਾ ਜੋ ਹੈ ਉਹ ਕੋਣ ਹੋਏਗਾ ਤੇ ਡਿਗਰੀ ਦੇ ਵਿੱਚ ਤਾਂ ਫੇਰ ਸਾਨੂੰ ਅੰਕ ਹੀ ਦੱਸਣਾ ਪਏਗਾ ਉਹ ਸੰਖਿਆ ਹੀ ਦੱਸਣੀ ਪਏਗੀ ਵੀ ਕਿੰਨੇ ਅੰਕ ਦਾ ਜਾਂ ਕਿੰਨੇ ਸੰਖਿਆ ਦਾ ਜੋ ਹੈ ਕੋਣ ਬਣੇਗਾ ਡਿਗਰੀ ਦੇ ਵਿੱਚ 90 ਡਿਗਰੀ ਦਾ ਹਾਂਜੀ ਅੱਗੇ ਹੈ ਜੀ ਉੱਤਰ ਅਤੇ ਦੱਖਣ ਦੇ ਵਿਚਕਾਰ 180 ਡਿਗਰੀ ਦਾ ਕੋਣ ਬਣੇਗਾ ਹੁਣ ਇਹ ਸਮਝਾ ਦੇਣਾ ਵੀ ਉੱਤਰ ਅਤੇ ਦੱਖਣ ਦੇ ਵਿਚਕਾਰ ਕਿੰਨੇ ਡਿਗਰੀ ਦਾ ਕੋਣ ਜੋ ਹੈ ਬਣੇਗਾ ਇਹ ਮੈਂ ਸਮਝਾ ਦੇਣਾ ਤੁਹਾਨੂੰ ਦੇਖੋ ਹਾਂਜੀ ਇਹ ਦੇਖੋ ਇਸ ਨੂੰ ਅਸੀਂ ਨਾਰਥ ਜਾਂ ਉੱਤਰ ਕਹਿੰਦੇ ਹਾਂ ਥੱਲੇ ਵਾਲੇ ਨੂੰ ਅਸੀਂ ਸਾਊਥ ਜਾਂ ਦੱਖਣ ਕਹਿੰਦੇ ਹਾਂ ਤੇ ਇਧਰ ਵਾਲੇ ਨੂੰ ਅਸੀਂ ਜੋ ਹੈ ਵੈਸਟ ਜਾਂ ਪੱਛਮ ਕਹਿੰਦੇ ਹਾਂ ਠੀਕ ਹੈ ਤੇ ਇਧਰ ਵਾਲੇ ਨੂੰ ਅਸੀਂ ਜੋ ਹੈ ਈਸਟ ਜਾਂ ਪੂਰਬ ਕਹਿੰਦੇ ਹਾਂ ਠੀਕ ਹੈ ਜੀ ਹੁਣ ਅਸੀਂ ਗੱਲ ਕਰਨੀ ਹੈ ਨਾਰਥ ਤੇ ਸਾਊਥ ਦੀ ਨਾਰਥ ਤੇ ਸਾਊਥ ਤੋਂ ਬਾਅਦ ਕੀ ਹੈ ਦੇਖੋ ਇਹ ਹੋ ਜਾਂਦਾ ਉੱਤਰ ਹਾਂਜੀ ਤੇ ਇਹ ਹੋ ਜਾਂਦਾ ਦੱਖਣ ਇਹਨਾਂ ਦਿਸ਼ਾਵਾਂ ਨੂੰ ਜੋ ਹੈ ਦਰਸਾਉਣ ਵਾਸਤੇ ਇਹਨਾਂ ਦੀ ਜੋ ਹੈ ਅਸੀਂ ਵਰਤੋਂ ਕਰਦੇ ਹਾਂ ਠੀਕ ਹੈ ਉੱਤਰ ਦੱਖਣ ਪੱਛਮ ਪੂਰਬ ਇਹ ਸਭ ਜੋ ਹੈ ਦਿਸ਼ਾਵਾਂ ਨੇ ਤੇ ਅਸੀਂ ਨਾ ਇਹ ਦੱਸਣਾ ਵੀ ਉੱਤਰ ਤੇ ਦੱਖਣ ਦੇ ਵਿਚਕਾਰ ਕਿੰਨੇ ਡਿਗਰੀ ਦਾ ਜੋ ਹੈ ਉਹ ਕੋਣ ਬਣਦਾ ਹੈ ਹਾਂਜੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਇਸ ਰੇadian ਦੇ ਨਾਲ ਦੇਖਣਾ ਜੇਕਰ ਮੈਂ A ਵਾਲਾ ਨਾਰਥ ਤੇ A ਵਾਲਾ ਜੋ ਈਸਟ ਹੈ ਯਾਨੀ ਕਿ ਉੱਤਰ ਤੇ ਜਿਹੜਾ ਪੂਰਬ ਹੈ ਇਹਨਾਂ ਦੋ ਰੇਖਾਵਾਂ ਦੇ ਵਿਚਕਾਰ ਗੱਲ ਕਰਾਂ ਤਾਂ ਇੱਥੇ 90 ਡਿਗਰੀ ਬੰਦਾ ਹੈ ਠੀਕ ਹੈ ਤੇ ਇਦਾਂ ਹੀ A ਵਾਲੀ ਰੇਖ ਜੋ ਰੇਖਾ ਹੈ ਤੇ A ਵਾਲੀ ਜੋ ਰੇਖਾ ਹੈ ਵੀ ਈਸਟ ਵਾਲੀ ਜੋ ਰੇਖਾ ਹੈ ਤੇ ਸਾਊਥ ਵਾਲੀ ਜੋ ਰੇਖਾ ਹੈ ਠੀਕ ਹੈ ਪੂਰਬ ਵਾਲੀ ਤੇ ਦੱਖਣ ਵਾਲੀ ਜੋ ਰੇਖਾ ਹੈ ਇਹ ਨਿਰਮਿਸ਼ਕਰ ਵੀ ਜੋ ਹੈ ਦੇਖੋ ਇੱਥੇ ਇੱਕ ਹੋਰ 90 ਡਿਗਰੀ ਦਾ ਕੋਣ ਬਣ ਰਿਹਾ ਹੈ ਹਾਂਜੀ ਇਹ ਹੀ ਹੈ ਨਾ ਦੇਖੋ AB ਜੋ ਹੈ L ਟਾਈਪ ਹੈ ਤੇ ਇਹ ਜੋ ਹੈ ਕੁਝ ਇਸ ਤਰ੍ਹਾਂ ਦਾ L ਟਾਈਪ ਹੈ ਥੱਲੇ ਤਾਂ ਹੈ ਤਾਂ L ਟਾਈਪ ਨਾ ਤੇ L ਟਾਈਪ ਦੇ ਵਿੱਚ ਕੋਣ ਜੋ ਹੈ ਕਿਹੜਾ ਬੰਦਾ ਹੈ ਸਮ ਕੋਣ ਜਾਂ ਲੰਬ ਕੋਣ ਜਿਸ ਨੂੰ ਕਿ ਅਸੀਂ 90 ਡਿਗਰੀ ਦਾ ਰਾਈਟ ਐਂਗਲ ਵੀ ਕਹਾ ਦਿੰਨੇ ਆ ਤਾਂ ਹੁਣ ਨੌਰਥ ਤੇ ਸਾਊਥ ਇਹਦੇ ਵਿਚਕਾਰ ਦੇਖੋ ਕਿੰਨਾ ਕੋਣ ਬਣ ਗਿਆ 90 ਡਿਗਰੀ ਜਮਾ 90 ਡਿਗਰੀ ਇਹ ਬਣ ਗਿਆ 180 ਡਿਗਰੀ 90 ਡਿਗਰੀ ਦੇ ਵਿੱਚ 90 ਡਿਗਰੀ ਜੋੜਾਂਗੇ ਤਾਂ ਇਹ ਬਣ ਜਾਏਗਾ 180 ਡਿਗਰੀ ਹਾਂਜੀ ਇਹ ਇਸ ਤਰ੍ਹਾਂ ਅਸੀਂ ਅੱਧਾ ਗੋਲਾ ਜਿਹੜਾ ਹੈ ਬਣਾ ਕੇ ਦਿਖਾਣੇ ਆ ਮੈਂ ਕੱਲ ਵੀ ਅਭਿਆਸ 7.1 ਦੇ ਵਿੱਚ ਤੁਹਾਨੂੰ ਸਮਝਾਇਆ ਸੀ ਵੀ ਜਦੋਂ ਅੱਧਾ ਗੋਲਾ ਜੋ ਹੈ ਬਣ ਰਿਹਾ ਹੋਏ ਨਾ ਤਾਂ ਉਸ ਨੂੰ ਅਸੀਂ 180 ਡਿਗਰੀ ਜੋ ਹੈ ਮੰਨਦੇ ਹੁੰਨੇ ਆ ਅੱਧਾ ਗੋਲਾ ਜੋ ਹੈ ਉਹ ਡਿਗਰੀ ਦੇ ਵਿੱਚ 180 ਡਿਗਰੀ ਦੇ ਬਰਾਬਰ ਹੁੰਦਾ ਹੈ ਹੁਣ ਨਾਰਥ ਤੇ ਸਾਊਥ ਦੇ ਉੱਪਰ ਇਹ ਅੱਧਾ ਗੋਲਾ ਬਣ ਰਿਹਾ ਹੈ ਨਾ ਤਾਂ ਇਸ ਨੂੰ ਅਸੀਂ ਕਹਾਂਗੇ ਵੀ 180 ਡਿਗਰੀ ਹੈ ਠੀਕ ਹੈ ਦੇਖੋ ਨਾਰਥ ਵਾਲੀ ਜੋ ਉੱਤਰ ਵਾਲੀ ਜੋ ਹੈ ਇੱਕ ਰੇਖਾ ਹੈ ਦੱਖਣ ਵਾਲੀ ਇੱਕ ਰੇਖਾ ਹੈ ਇਹਨਾਂ ਦੋਵਾਂ ਦੇ ਵਿਚਕਾਰ ਕਿੰਨੇ ਡਿਗਰੀ ਦਾ ਕੋਣ ਬਣ ਰਿਹਾ ਹੈ 180 ਡਿਗਰੀ ਦਾ ਮੈਂ ਕੱਲ ਵੀ ਤੁਹਾਨੂੰ ਸਮਝਾਇਆ ਸੀ ਵੀ ਮੰਨ ਲਓ ਵੀ ਅਗਰ ਇਦਾਂ ਦੀ ਸਿੱਧੀ ਰੱਖਿਆ ਹੈ ਨਾ ਤੇ ਇਹਦੇ ਉੱਪਰ 180 ਡਿਗਰੀ ਦਾ ਕੋਣ ਜੋ ਹੈ ਬੰਦਾ ਹੁੰਦਾ ਹੈ ਠੀਕ ਹੈ ਇਸ ਨੂੰ ਇਵੇਂ ਮੰਨ ਸਕਦੇ ਹੋ ਵੀ ਇਹ ਉੱਤਰ ਹੈ ਤੇ ਇਹ ਦੱਖਣ ਹੈ ਨਾਰਥ ਨੂੰ ਉੱਤਰ ਕਹਿੰਦੇ ਆ ਤੇ ਸਾਊਥ ਨੂੰ ਅਸੀਂ ਦੱਖਣ ਕਹਿੰਦੇ ਆ ਹਾਂਜੀ ਉੱਤਰ ਅਤੇ ਦੱਖਣ ਦੇ ਵਿਚਕਾਰ 180 ਡਿਗਰੀ ਦਾ ਕੋਣ ਬਣੇਗਾ ਇਸ ਤੋਂ ਬਾਅਦ ਹੈ ਜੀ ਨਿਊਨ ਕੋਣ ਸਮ ਕੋਣ ਤੋਂ ਛੋਟਾ ਹੁੰਦਾ ਹੈ ਉਹ ਇਹਦਾ ਕਲੀਅਰ ਹੈ ਜੀ ਜੋ ਸਮ ਕੋਣ ਹੈ ਉਹ 90 ਡਿਗਰੀ ਦਾ ਹੁੰਦਾ ਹੈ ਤੇ ਜਿਹੜਾ ਨਿਊਨ ਕੋਣ ਹੈ ਉਹ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਹੁੰਦਾ ਹੈ ਵੀ ਉਹ 90 ਡਿਗਰੀ ਤੋਂ ਦਾ ਘੱਟ ਹੀ ਹੁੰਦਾ ਹੈ ਨਾ ਤੇ ਜੇ ਘੱਟ ਹੁੰਦਾ ਤਾਂ ਫਿਰ ਛੋਟਾ ਹੋਏਗਾ ਠੀਕ ਹੈ 90 ਡਿਗਰੀ ਤੋਂ ਤੇ ਨਿਊਨ ਕੋਣ ਜੋ ਹੈ ਉਹ ਸਮ ਕੋਣ ਤੋਂ ਛੋਟਾ ਹੁੰਦਾ ਹੈ ਹਾਂਜੀ ਅੱਗੇ ਅਸੀਂ ਸਹੀ ਗਲਤ ਦੱਸਣੇ ਨੇ ਇਹਦੇ ਵਿੱਚ ਪਹਿਲਾ ਹੈ ਵੀ ਸਮਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਬਿਲਕੁਲ ਸਹੀ ਹੈ ਸਮਕੋਣ ਦਾ ਮਾਪ ਜੋ ਹੈ ਉਹ 90 ਡਿਗਰੀ ਹੀ ਹੁੰਦਾ ਹੈ ਠੀਕ ਹੈ ਸਹੀ ਹੈ ਅਗਲੇ ਵਾਲਾ ਹੈ ਸਮਕੋਣ न्यून कोण ਤੋਂ ਵੱਡਾ ਹੁੰਦਾ ਹੈ ਤੇ ਅਧਿਕ ਕੋਣ ਤੋਂ ਛੋਟਾ ਹੁੰਦਾ ਹੈ ਇਹ ਵੀ ਸਹੀ ਹੈ ਜਿਹੜਾ ਹੁਣ ਸਮਕੋਣ ਹੈ ਦੇਖੋ ਸਮਕੋਣ ਹੁੰਦਾ ਹੈ 90 ਡਿਗਰੀ ਦਾ ਤੇ ਇਹ ਜੋ ਹੈ ਅਧਿਕ ਕੋਣ ਤੋਂ ਛੋਟਾ ਹੁੰਦਾ ਹੈ ਅਧਿਕ ਕੋਣ ਕਿਹੜੇ ਹੁੰਦੇ ਆ ਜਿਹੜੇ 90 ਤੋਂ 180 ਦੇ ਵਿਚਕਾਰ ਆਉਂਦੇ ਹੈ ਠੀਕ ਹੈ ਹਾਂਜੀ ਮੈਂ ਇੱਥੇ ਨਾ ਬਣਾ ਕੇ ਦਿਖਾਣਾ ਤੁਹਾਨੂੰ ਦੇਖੋ ਇਹ ਹੋ ਗਿਆ ਸਮ ਕੋਣ 90 ਡਿਗਰੀ ਦਾ ਇਹ ਜੋ ਹੈ ਅਧਿਕ ਕੋਣ ਤੋਂ ਛੋਟਾ ਹੁੰਦਾ ਹੈ ਅਧਿਕ ਕੋਣ ਕਿਹੜੇ ਹੁੰਦੇ ਆ ਜਿਹੜੇ 90 ਡਿਗਰੀ ਤੋਂ 180 ਡਿਗਰੀ ਦੇ ਵਿਚਕਾਰ ਹੁੰਦੇ ਆ ਵੀ 90 ਡਿਗਰੀ ਤੋਂ ਉੱਪਰ ਵਾਲੇ 180 ਡਿਗਰੀ ਤੋਂ ਮਤਲਬ ਘਾਟਾ ਵਾਲੇ ਜਾਂ ਛੋਟੇ ਵਾਲੇ ਤੇ ਇਹ ਜਿਹੜਾ ਸਮਕੋਣ ਹੈ ਉਹ 0 ਡਿਗਰੀ ਤੇ 90 ਡਿਗਰੀ ਜਿਹੜੇ ਕਿ ਨਿਊਨ ਕੋਣ ਹੁੰਦੇ ਆ ਉਹਨਾਂ ਤੋਂ ਵੱਡਾ ਹੁੰਦਾ ਹੈ ਇਹ ਤਾਂ ਹੋ ਗਿਆ ਸਮ ਕੋਣ ਜਿਹੜਾ ਕਿ 90 ਡਿਗਰੀ ਦਾ ਹੈ ਇਹ ਜੋ ਹੈ ਨਿਊਨ ਕੋਣ ਹਾਂਜੀ ਦੇਖੋ ਨਾ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਕਿਹੜੇ ਕੋਣ ਆਉਂਦੇ ਆ ਨਿਊਨ ਕੋਣ ਆਉਂਦੇ ਆ ਨਾ ਤਾਂ ਸਮ ਕੋਣ ਨਿਊਨ ਕੋਣ ਤੋਂ ਤਾਂ ਵੱਡਾ ਹੈ ਤੇ 190 ਡਿਗਰੀ ਤੋਂ ਵੱਡੇ ਤੇ 180 ਡਿਗਰੀ ਤੋਂ ਛੋਟੇ ਇਹ ਕਿਹੜੇ ਕੋਣ ਹੁੰਦੇ ਆ ਇਹ ਹੁੰਦੇ ਆ ਅਧਿਕ ਕੋਣ ਹਾਂਜੀ ਤਾਂ ਜਿਹੜਾ ਸਮ ਕੋਣ ਹੈ ਉਹ ਅਧਿਕ ਕੋਣ ਤੋਂ ਤਾਂ ਛੋਟਾ ਹੁੰਦਾ ਹੈ ਪਰ ਨਿਊਨ ਕੋਣ ਤੋਂ ਵੱਡਾ ਹੁੰਦਾ ਹੈ ਇਹੀ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਹੈ ਸਾਨੂੰ ਵੀ ਸਮਕੋਣ न्यून कोण ਤੋਂ ਵੱਡਾ ਹੁੰਦਾ ਹੈ ਪਰ ਅਧਿਕ ਕੋਣ ਤੋਂ ਛੋਟਾ ਹੁੰਦਾ ਹੈ ਇਹ ਜੋ ਹੈ ਸਹੀ ਹੈ ਹਾਂਜੀ ਅਗਲਾ ਇਹ ਕਹਿ ਰਹੇ ਆ ਵੀ ਕੋਣ ਕੋਣ ਮਾਪਕ ਦੇ ਅੰਦਰੂਨੀ ਅਤੇ ਬਾਹਰੀ ਸਕੇਲ ਵਿੱਚ 90 ਡਿਗਰੀ ਤੱਕ ਮਾਪ ਲਿਖਿਆ ਹੁੰਦਾ ਹੈ